ਅਸਲਾਮ ਵਾਲੇਕਮ ਦੋਸਤੋ ਮੈਂ ਆ ਨਾਮ ਅਲੀ ਅਸਗਰ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਡੇਲੀ ਕਾਫਾਨ ਇੱਕ ਆਜਾ ਦਿਨ ਇੱਕ ਨਵੀਂ ਚੀਜ਼ ਦਿਖਾਉਣੇ ਆ ਮੇਰੇ ਸ਼ੌਕਤ ਭਾਈ ਨੇ ਇਹਨਾਂ ਜਨਾਬ ਮੇਰੀ ਇੱਕ ਮੁਰਗੀ ਦਾ ਜਿਹੜਾ ਅੰਡਾ ਸੀ ਉਹਨੂੰ ਭੋਂ ਦੇ ਢੇਰੇ ਚ ਠੀਕ ਹੈ ਨਪਿਆ ਸੀ ਜਿਹੜਾ ਜਾਨਵਰਾਂ ਦੇ ਚਾਰੇ ਤੇ ਇਸਤੇਮਾਲ ਹੁੰਦਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਕੀਆਂ ਦਿਹਾ ਬਾਅਦ ਠੀਕ ਹੈ ਉਹਦੇ ਵਿੱਚੋਂ ਬੱਚਾ ਨਿਕਲ ਆਇਆ ਬਗੈਰ ਕਿਸੇ ਮੁਰਗੀ ਤੋਂ ਬਗੈਰ ਕਿਸੇ ਇਨਕੂਬੇਟਰ ਤੋਂ ਜਿਹੜਾ ਹੈ ਅਸੀਂ ਉਸ ਚੀਜ਼ ਨੂੰ ਉਹਨੇ ਕਰ ਦਿਖਾਇਆ ਤੁਸੀਂ ਆ ਦੇਖ ਸਕਦੇ ਹੋ ਹੁਣ ਤੁਹਾਡੇ ਸਾਹਮਣੇ ਉਹਦੇ ਚੋਂ ਅਸੀਂ ਬੱਚਾ ਕੱਢ ਕੇ ਤੁਹਾਨੂੰ ਦਿਖਾਉਣੇ ਆ ਕਿ ਪੂਰਾ ਪ੍ਰੋਸੈਸ ਹੁਣ ਕਿਸ ਤਰ੍ਹਾਂ ਕੀਤਾ ਆ ਤੁਸੀਂ ਵੇਖ ਸਕਦੇ ਹੋ ਇਹ ਜੀ ਤੁਸੀਂ ਦੇਖ ਸਕਦੇ ਹੋ ਇੱਕ ਜ਼ਿੰਦਾ ਬੱਚਾ ਵਿੱਚੋਂ ਨਿਕਲਾ ਬਗੈਰ ਮੁਰਗੀ ਤੋਂ ਇੱਕ ਅੰਡਾ ਨੂੰ ਮਿਲਿਆ ਸੀ ਉਹਨੇ ਲਿਆ ਕੇ ਤੇ ਪੋਨ ਦੇ ਵਿੱਚ ਰੱਖ ਦਿੱਤਾ ਇਹ ਤੋਂ ਅੰਦਾਜ਼ਾ ਹੁੰਦਾ ਹੈ ਕਿ ਇਹਦਾ ਟੈਂਪਰੇਚਰ ਜਿਹੜਾ ਹੈ ਕਿੰਨਾ ਕੁ ਪਰਫੈਕਟ ਹੈ ਔਰ ਤੁਸੀਂ ਇਹ ਸਾਰਾ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਆਹ ਵੇਖੋ ਜੀ ਤੇ ਸ਼ੌਕਤ ਇਹ ਮਤਲਬ ਅੰਡਾ ਬਾਹਰ ਲਿਆ ਕੇ ਰੱਖਾਇਆ ਕਿ ਆਪਣੀ ਆਪਣੀ ਮੁਰਗੀ ਦਾ ਅੱਛਾ ਤੇ ਮੁਰਗੀ ਦਾ ਰੱਖਿਆ ਜੀ ਐਵੇਂ ਵੀ ਉਹਨੂੰ ਸੇਵਾ ਦਿੱਤਾ ਤੂੰ ਨੇ ਸੇਵਾ ਲਿਆ ਨਹੀਂ ਆ ਬੱਚਾ ਨੇ ਖਾ ਲਿਆ ਇੱਕ ਰਹਿ ਗਿਆ ਜੀ ਅੱਛਾ ਅੱਛਾ ਤੇ ਉਹ ਮਖਾਵੇਂ ਜੀ ਖਲਾਬੋ ਜਾਵੇ ਤਾਂ ਗਰਮੀ ਹੈਗੀ ਤੇ ਬੋਵੇਂ ਰਸ ਲੀਤਾ ਜੀ ਤੇ ਆ ਜੀ ਤੇ ਬੱਚਾ ਨਹੀਂ ਕੱਢਾਇਆ ਅੰਦੇ ਵਿੱਚੋਂ ਤਾਂ ਹੁਣ ਇਹਨੂੰ ਕਿਸੇ ਚੀਜ਼ ਦਾ ਫੀਡ ਵਗੈਰਾ ਮੁਰਗੀ ਦੇ ਥੱਲੇ ਹੀ ਛੱਡੇਗਾ ਕਿ ਨਹੀਂ ਜੀ ਇਹਨੂੰ ਆਪਾਂ ਐਵੇਂ ਪਾਲਾਂਦੇ ਅੱਛਾ ਬਗੈਰ ਮੁਰਗੀ ਤੋਂ ਯਾਰ ਮੁਰਗੀ ਤਾਂ ਪਾਲਾਂਦੇ ਕਿਸ ਤਰ੍ਹਾਂ ਮਤਲਬ ਇਹਨੂੰ ਫੀਡ ਵਗੈਰਾ ਦੇਂਗਾ ਜੀ ਹਾਂ ਆਪਾਂ ਲਿਆਵਾਂਦੇ ਬਰੀਕ ਚਾਵਲ ਅੱਛਾ ਚਾਵਲ ਲਿਆ ਕੇ ਜੀ ਉਹਨੂੰ ਗ੍ਰाइंड ਕਰਾਂਦੇ ਗ੍ਰाइंड ਕਰਕੇ ਜੀ ਉਹ ਇਹਨੂੰ ਪਾਵਾਂਗੇ ਅੱਛਾ ਅੱਛਾ ਸਹੀ ਉਹ ਕਿਸੇ ਚੀਜ਼ ਦੇ ਘੋਲ ਕੇ ਕੀ ਇੰਜੀ ਨਹੀਂ ਨਹੀਂ ਸਹੀ ਯਰੀ ਯਰੀ ਨਾਲ ਜਿਹੜਾ ਹੈ ਸਹੀ ਇਹਨੂੰ ਮੂੰਹ ਵਿੱਚ ਦੇਵਾਂਗੇ ਹੋਲੀ ਹੋਲੀ ਜਿਹੜਾ ਠੀਕ ਹੋ ਜਾਵੇਗਾ ਬਿਲਕੁਲ ਸਹੀ ਹੋ ਗਿਆ